ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜਲੰਧਰ ਤੋਂ ਬਾਅਦ ਆਦਮਪੁਰ ਵਿਖੇ ਭਗਵਾਨ ਵਾਲਮੀਕਿ ਟਾਈਗਰ ਫੋਰਸ ਅਤੇ ਆਲ ਇੰਡੀਆ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਸਮਤੇ ਵੱਖ ਵੱਖ ਜਥੇਬੰਦੀਆਂ ਵੱਲੋਂ USA 'ਚ ਬੈਠੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਸੰਵਿਧਾਨ ਦੀ ਕਾਪੀ ਤੇ ਤਿਰੰਗਾ ਸਾੜਨ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਨੂ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲਣ ਨੇ ਕਿਹਾ ਕਿ ਉਹਨਾਂ ਵੱਲੋਂ ਜਲੰਧਰ ਵਿਖੇ ਵੀ ਗੁਰਪਤਵੰਤ ਪੰਨੂ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਪੰਨੂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਜੱਸੀ ਤੱਲਣ ਨੇ ਕਿਹਾ ਕਿ ਜੇਕਰ ਪੰਨੂ ਤੇ ਪਰਚਾ ਨਾ ਹੋਇਆ ਤਾਂ ਉਹਨਾਂ ਵੱਲੋਂ ਜਲਦ ਭਾਰਤ ਬੰਦ ਦੀ ਕਾਲ ਕੀਤੀ ਜਾਵੇਗੀ। ਜੈ ਵਾਲਮੀਕੀ, ਹਰ ਵਾਲਮੀਕੀ, ਜੈ ਗੁਰਦੇਵ। ਅੱਜ ਆਦਮਪੁਰ ਬੱਸ ਸਟੈਂਡ ਦੇ ਕੋਲ ਗੁਰਪਤਵੰਤ ਸਿੰਘ ਪੰਨੂ, ਜਿਸ ਦਾ ਅਸਲ ਨਾਂ ਅਗਰਵਾਲ ਜਿਹੜਾ ਸੀਗਾ ਆਪਣੇ ਰਾਜਸਥਾਨ ਤੋਂ, ਸੋ ਇਹ ਭਗੌੜਾ ਜਿਹੜਾ ਆ ਭਾਰਤ ਦੇਸ਼ ਤੋਂ ਜਿਹੜਾ ਭਗੌੜਾ ਹੋ ਕੇ ਅਮੈਰੀਕਾ ਦੀ ਧਰਤੀ 'ਤੇ ਜਿਹੜਾ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਰਹਿੰਦਾ, ਜਿਸਨੇ ਬਾਬਾ ਸਾਹਿਬ B.R. ਅੰਬੇਦਕਰ ਜੀ ਦੇ ਬਣਾਏ ਸੰਵਿਧਾਨ ਨੂੰ ਜਲਾ ਕੇ ਅਤੇ ਸਾਡਾ ਜਿਹੜਾ ਭਾਰਤ ਦਾ ਝੰਡਾ ਆ ਤਿਰੰਗਾ ਉਸਦਾ ਵੀ ਅਪਮਾਨ ਕੀਤਾ, ਉਸਨੂੰ ਵੀ ਸਾੜਿਆ। ਸੋ ਅੱਜ ਅਸੀਂ ਆਦਮਪੁਰ ਦੇ ਵਿੱਚ ਜਿਹੜਾ SHO ਸਾਹਿਬ ਨੂੰ ਜਿਹੜਾ ਮੰਗ ਪੱਤਰ ਦੇਣਾ ਆ ਅਤੇ ਇਸਦਾ ਜਿਹੜਾ ਪੁਤਲਾ ਆ ਭਗਵਾਨ ਵਾਲਮੀਕਿ ਟਾਈਗਰ ਫੋਰਸ ਆਲ ਇੰਡੀਆ ਅਤੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਵੱਲੋਂ ਸਮੁੱਚੇ ਤੌਰ 'ਤੇ ਜਿਹੜਾ ਅੱਜ ਜਿਹੜਾ ਲਾਇਆ, ਹੋਰ ਵੀ ਸਾਡੇ ਜਥੇਬੰਦੀਆਂ ਸਮਾਨ DSP ਆਗੂ ਸਾਹਿਬ ਅਤੇ ਹੋਰ ਵੀ ਜਥੇਬੰਦੀਆਂ ਸਾਰੀਆਂ ਇੱਥੇ ਆਦਮਪੁਰ ਦੇ ਵਿੱਚ ਇਕੱਠੇ ਹੋਏ ਆ। ਅਸੀਂ ਜਿਹੜਾ ਜਲੰਧਰ ਵਿੱਚ ਜਿਹੜਾ ਪੁਤਲਾ ਫੂਕਿਆ ਸੀ, 20 ਦਾ ਐਗਰੀਮੈਂਟ ਦਿੱਤਾ ਸੀਗਾ ਵੀ ਜੇ ਪਾਚਾ ਦੀਦਰੋ ਦਾ ਦਰਜ ਨਾ ਹੋਇਆ ਤਾਂ ਜਲੰਧਰ ਬੰਦ ਦੀ ਕਾਲ ਦੇਵਾਂਗੇ। ਅੱਜ ਅਸੀਂ ਆਦਮਪੁਰ ਦੇ ਵਿੱਚ ਪੁਤਲਾ ਫੂਕ ਕੇ ਜਲੰਧਰ ਜਾਵਾਂਗੇ ਅਤੇ DG ਸਾਹਿਬ ਨੂੰ ਪੁੱਛਣਾ ਵੀ ਪਰਚਾ ਅੱਜ ਦਾ ਹੋਇਆ ਕਿ ਨਹੀਂ। ਅਗਰ ਜੇ ਨਾ ਹੋਇਆ ਤਾਂ ਅੱਜ ਸ਼ਾਮ ਨੂੰ ਜਿਹੜੀ ਆ ਜਲੰਧਰ ਬੰਦ ਦੀ ਕਾਲ ਜਿਹੜੀ ਆ ਉਹ ਕੱਲ੍ਹ ਨੂੰ ਦਿੱਤੀ ਜਾਊਗੀ। ਸੋ ਆਪਾਂ ਸਾਰੇ ਮੀਡੀਆ ਸਮਾਜ ਦੇ ਰਾਹੀਂ ਰਿਪੋਰਟਰਾਂ ਦੇ ਰਾਹੀਂ ਇਹ ਕਹਿਣਾ ਚਾਹੁੰਦੇ ਹਾਂ ਸਾਡੀ ਜਿਹੜੀ ਆਵਾਜ਼ ਜਿਹੜੀ ਬੁਲੰਦ ਕੀਤੀ ਜਾਵੇ ਤਾਂ ਜੋ ਜਿਹੜਾ ਬੰਦ ਵਿੱਚ ਜਲੰਧਰ ਬੰਦ ਦੀ ਕਾਲ ਆ ਉਹ ਆਪਾਂ ਸਾਰੇ ਸੁੱਕੇ ਤੌਰ 'ਤੇ ਦੇ ਸਕੀਏ। ਇਸ ਮੌਕੇ ਭਗਵਾਨ ਵਾਲਮੀਕਿ ਟਾਈਗਰ ਫੋਰਸ ਆਲ ਇੰਡੀਆ ਦੇ ਪ੍ਰਧਾਨ ਅਜੇ ਖੋਸਲਾ ਨੇ ਕਿਹਾ ਕਿ ਜੇਕਰ ਪੰਨੂ ਖਿਲਾਫ਼ ਕਾਰਵਾਈ ਨਾ ਹੋਈ ਤਾਂ ਇਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਨਾਲ ਹੀ ਉਹਨਾਂ ਸਮੂਹ ਇਲਾਕਾ ਵਾਸੀਆਂ ਨੂੰ 26 ਜਨਵਰੀ ਨੂੰ ਜਲੰਧਰ ਵਿਖੇ ਕੱਢੀ ਜਾ ਰਹੀ ਸੰਵਿਧਾਨ ਬਚਾਓ ਰੈਲੀ 'ਚ ਪਹੁੰਚਣ ਦੀ ਅਪੀਲ ਕੀਤੀ। ਸਾਰੇ ਹੀ ਸਮੁੱਚੇ ਸਮਾਜ ਨੂੰ, ਆਦਮਪੁਰ ਵਾਸੀਆਂ ਨੂੰ, ਅੱਜ ਆਦਮਪੁਰ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਦਾ ਜਿਹੜਾ ਪੁਤਲਾ ਇੱਥੇ ਸਾੜਿਆ ਜਾ ਰਿਹਾ, ਕਿਉਂਕਿ ਪੰਨੂ ਨੇ ਕੁਝ ਦਿਨ ਪਹਿਲੇ ਇੱਕ ਵੀਡੀਓ ਵਾਇਰਲ ਕੀਤੀ ਸੀ ਜਿਹਦੇ ਵਿੱਚ ਸੰਵਿਧਾਨ ਨੂੰ ਅਤੇ ਦੇਸ਼ ਦੇ ਤਿਰੰਗੇ ਨੂੰ ਉਹਨੇ ਸਾੜ ਕੇ ਇੱਕ ਵੀਡੀਓ ਵਾਇਰਲ ਕੀਤੀ ਆ। ਸੋ ਅਸੀਂ ਉਹਦਾ ਕੜਾ ਵਿਰੋਧ ਕਰਦੇ ਹਾਂ। ਅੱਜ ਵਾਲਮੀਕਿ ਟਾਈਗਰ ਫੋਰਸ ਅਤੇ ਗੁਰੂ ਰਵਿਦਾਸ ਟਾਈਗਰ ਫੋਰਸ ਅਤੇ ਵਾਲਮੀਕਿ ਭਾਈਚਾਰਾ ਅਤੇ ਰਵਿਦਾਸ ਭਾਈਚਾਰਾ ਸਮੁੱਚੇ ਭਾਈਚਾਰੇ ਵੱਲੋਂ ਅੱਜ ਸਾਂਝੇ ਪੱਧਰ 'ਤੇ ਗੁਰਪਤਵੰਤ ਸਿੰਘ ਪੰਨੂ ਦਾ ਅੱਜ ਆਦਮਪੁਰ ਦੇ ਵਿੱਚ ਪੁਤਲਾ ਸਾੜਿਆ ਜਾ ਰਿਹਾ, ਔਰ ਇਸ ਤੋਂ ਪਹਿਲਾਂ ਜਲੰਧਰ ਦੇ ਵਿੱਚ, ਕਰਤਾਰਪੁਰ ਦੇ ਵਿੱਚ ਵੀ ਸਾੜਿਆ ਗਿਆ, ਔਰ ਹਰ ਸ਼ਹਿਰ ਦੇ ਵਿੱਚ, ਹਰ ਪਿੰਡ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਇਸੇ ਤਰ੍ਹਾਂ ਹੀ ਇਹਦੇ ਪੁਤਲੇ ਸਾੜੇ ਜਾਣਗੇ। ਅਗਰ ਜਲਦ ਤੋਂ ਜਲਦ ਇਹਦੀ ਗ੍ਰਿਫਤਾਰੀ ਨਾ ਕੀਤੀ ਗਈ, ਅਸੀਂ ਕੜਾ ਇਹਦਾ ਵਿਰੋਧ ਕਰਦੇ ਹਾਂ ਔਰ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਕਾਰਵਾਈ ਇੱਥੇ ਦੇਸ਼ ਦੋਹੀ ਦਾ ਪਰਚਾ ਕਰਕੇ ਇਹਦੀ ਗ੍ਰਿਫਤਾਰੀ ਕੀਤੀ ਜਾਵੇ, ਨਹੀਂ ਤਾਂ ਇਹ ਜਿਹੜਾ ਸੰਘਰਸ਼ ਵਾ ਇਹ ਹੋਰ ਤਿੱਖਾ ਕੀਤਾ ਜਾਊਗਾ। ਪੂਰੇ ਭਾਰਤ ਦੇ ਵਿੱਚ ਇਹਦਾ ਅੰਦੋਲਨ ਚਲਾਵਾਂਗੇ ਔਰ ਅੱਜ ਸ਼ਾਮ ਤੱਕ ਅਸੀਂ ਪ੍ਰਸ਼ਾਸਨ ਨੂੰ ਟਾਈਮ ਦਿੰਦੇ ਹਾਂ, ਨਹੀਂ ਤਾਂ ਕੱਲ੍ਹ ਜਲੰਧਰ ਬੰਦ ਦੀ ਕੌਲ ਜਿਹੜੀ ਜਲੰਧਰੋਂ ਦਿੱਤੀ ਜਾਊਗੀ। ਸੋ ਸਾਡੀ ਮੰਗ ਆ ਪ੍ਰਸ਼ਾਸਨ ਦੇ ਅੱਗੇ ਕਿ ਸੰਵਿਧਾਨ ਦੇ ਅਕੋਰਡਿੰਗ ਜੋ ਬੰਦ ਦੀ ਧਾਰਾ ਵਾ, ਸੰਵਿਧਾਨ ਤਾਂ ਹੈ ਹੀ ਆ, ਜੇ ਐਸੀ ਸਮਾਜ ਦੇ ਹੱਕਾਂ ਦੇ ਵਿੱਚ ਤੁਸੀਂ ਸੰਵਿਧਾਨ ਨੂੰ ਗਿਰਦੇ ਆ, ਪਰ ਤਿਰੰਗਾ ਜਿਹੜਾ ਭਾਰਤ ਦਾ ਇੱਕ ਤਿਰੰਗਾ ਝੰਡਾ ਆ ਉਸ ਨੂੰ ਵੀ ਸਾੜਿਆ ਗਿਆ। ਸੋ ਜੇ ਤੁਸੀਂ ਸੰਵਿਧਾਨ ਨੂੰ ਨਹੀਂ ਵਿੱਚ ਰੱਖਦੇ ਹੋਏ ਪਰ ਤਿਰੰਗੇ ਨੂੰ ਸਾੜਨ ਦੇ ਬਜਾਏ ਉਹਦੇ ਕਰਕੇ ਹੀ ਇੱਥੇ FIR ਕੀਤੀ ਜਾਣੀ ਚਾਹੀਦੀ ਆ। ਸੋ 26 ਜਨਵਰੀ ਨੂੰ ਜਲੰਧਰ ਦੇ ਵਿੱਚ ਸੰਵਿਧਾਨ ਬਚਾਓ ਰੈਲੀ ਵੀ ਕੱਢ ਰਹੇ ਹਾਂ। ਸੋ ਸਾਰੇ ਸਮੁੱਚੇ ਭਾਈਚਾਰੇ ਨੂੰ, ਵਾਲਮੀਕਿ ਭਾਈਚਾਰੇ ਨੂੰ ਅਤੇ ਰਵਿਦਾਸ ਭਾਈਚਾਰੇ ਨੂੰ ਸਾਡੇ ਵੱਲੋਂ ਸਾਂਝੇ ਪੱਧਰ 'ਤੇ ਅਪੀਲ ਆ, ਜਲੰਧਰ ਸਵੇਰੇ 10 ਵਜੇ ਰੇਲਵੇ ਸਟੇਸ਼ਨ ਤੋਂ ਆਪਾਂ ਸੰਵਿਧਾਨ ਬਚਾਓ ਰੈਲੀ ਕੱਢਣੀ ਆ। ਸੋ ਸਾਰੇ ਹੀ ਸਾਥੀ ਜ਼ਰੂਰ ਪਹੁੰਚਣ ਔਰ 26 ਜਨਵਰੀ ਨੂੰ ਅਸੀਂ ਕੋਈ ਤਿਰੰਗਾ ਨਹੀਂ ਲਹਿਰਾਉਣਾ, ਚਾਹੇ ਅਸੀਂ ਕਿਸੇ ਵੀ ਪਾਰਟੀ ਬਿਲੋਂਗ ਕਰਦੇ ਹੋਈਏ, ਅਸੀਂ ਸੰਵਿਧਾਨ ਰੈਲੀ ਦੇ ਵਿੱਚ, ਸੰਵਿਧਾਨ ਬਚਾਓ ਰੈਲੀ ਦੇ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਾਉਣੀ ਆ ਔਰ ਆਪਣੇ ਸੰਵਿਧਾਨ ਦੀ ਰੱਖਿਆ ਕਰਨੀ ਆ। ਜੈ ਭੀਮ, ਜੈ ਭਾਰਤ। ਜਲੰਧਰ ਤੋਂ ਰਵੀ ਗਿੱਲ ਦੀ ਖਾਸ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ।